ਆ ਦੇਖ ਲੋ ਜੀ ਆ ਯੂਨੀਵਰਸਿਟੀ ਵਾਲਿਆਂ ਨੇ ਅੰਦਰ, ਹੁਣ ਮੈਨੂੰ ਅੰਦਰ ਵੀ ਨਹੀਂ ਜਾਣ ਦੇ ਰਹੇ ਜੀ। ਆ ਚੀਫ ਸਾਹਿਬ ਖੜੇ ਆ ਇੱਥੇ, ਠੀਕ ਆ, ਇਹ ਕਹਿੰਦੇ ਅੰਦਰ ਵੀ ਨਹੀਂ ਜਾਣਾ ਤੂੰ। ਦੇਖ ਲੋ ਆ ਗੁੰਡਾਗਰਦੀ ਆ ਗਈ ਯੂਨੀਵਰਸਿਟੀ ਤਲਵੰਡੀ ਸਾਬੋ ਚ। ਲੈ ਲੋ ਇੱਥੇ ਐਡਮਿਸ਼ਨ ਆ, ਭੈਣ ਦੀ ਕੋਈ 1500 ਰੁਪਇਆ ਤਾਂ ਪਹਿਲਾਂ ਭਰਿਆ, ਠੀਕ ਆ, 1500 ਰੁਪਇਆ ਐਡਮਿਸ਼ਨ। ਜੇ ਤੂੰ ਵਾਪਸ ਕਰਾਉਣਾ ਆਪਦਾ ਸਰਟੀਫਿਕੇਟ, ਵਾਪਸ ਦੇ ਮੈਨੂੰ 1500 ਰੁਪਇਆ। ਐਂ ਕਹਿੰਦੇ ਵੀ 1500 ਰੁਪਇਆ ਸਾਨੂੰ ਹੋਰ ਦੇ, ਫੇਰ ਦੇਵਾਂਗੇ ਤੇਰਾ 10ਵੀਂ ਦਾ ਸਰਟੀਫਿਕੇਟ। ਆ ਦੇਖ ਲੋ ਹੁਣ ਐਂ ਖੜ ਕੇ ਚਾਰ ਛਪੇਰੇ ਹੋ ਕੇ, ਠੀਕ ਹੈ ਨਾ। ਆ ਚੀਫ ਸਾਹਿਬ ਆਏ ਸੀ, ਮੈਨੂੰ ਤਾਂ ਐਂ ਸੀ ਵੀ ਸਿਆਣੇ ਆਪਦੇ ਜਾਣੇ ਵੀ ਆਪਣੀ ਚੰਗੀ ਫਰਿਆਦ ਸੁਣਨਗੇ, ਠੀਕ ਹੈ। ਗੱਲ ਆ ਐਂ ਗੱਲ ਨੀ ਹੁੰਦੀ ਹੁੰਦੀ, ਠੀਕ ਹੈ ਨਾ। 10ਵੀਂ ਦਾ ਸਰਟੀਫਿਕੇਟ ਹੋਰ ਵੀ ਨਿਕਲੇ ਹੋਊਗਾ, ਕੋਈ ਇਹੋ ਜਿਹੀ ਗੱਲ ਨੀ। ਪਰ ਜਿਹੜੇ ਹਿਸਾਬ ਤੇ ਤੁਸੀਂ ਕਰਦੇ ਹੋ ਇੱਥੇ ਐਡਮਿਸ਼ਨ, ਜਿਹੜੇ ਹਿਸਾਬ ਤੇ ਤੁਸੀਂ ਆਪਦਾ ਉਹ ਕਰਦੇ ਹੋ, ਉਸ ਹਿਸਾਬ ਤੇ ਇਹ ਗੱਲ ਨੀ ਬਣਦੀ ਹੁੰਦੀ, ਠੀਕ ਹੈ ਨਾ। ਕਾਇਦੇ ਕਾਨੂੰਨ ਨਾਲ ਹੀ ਕਰੀ ਸੀ ਮੈਂ ਪਹਿਲਾਂ ਤੜਕੇ ਦੀ, ਕਾਇਦੇ ਕਾਨੂੰਨ ਨਾਲ ਭੁੱਖਾ ਬੈਠਾ ਮੈਂ ਤੜਕੇ ਦਾ। ਐਡਮਿਸ਼ਨ ਲੈ ਲਓ ਇੱਥੇ ਯੂਨੀਵਰਸਿਟੀ ਚ ਤਲਵੰਡੀ ਚ ਆ ਕੇ, ਇੱਥੇ ਲੈ ਲਓ ਐਡਮਿਸ਼ਨ ਚੰਗਾ ਆ ਕੇ। ਆ ਸਿਕਿਉਰਿਟੀ ਆ ਅੰਦਰ ਨੀ ਜਾਣ ਦਿੱਤੀ ਮੈਨੂੰ, ਠੀਕ ਹੈ ਨਾ। ਵੀ ਉਹਨਾਂ ਨੂੰ ਡਾਇਰੈਕਟਰ ਨੂੰ ਨਾ ਬੋਲ ਪਾ ਕੁਛ, ਬਾਈ 1500 ਰੁਪਇਆ ਝਾੜਾ ਨਾ ਨੀ ਲਾਇਆ, ਗੇਟ ਭੇੜ ਲਿਆ, ਠੀਕ ਹੈ ਨਾ। 1500 ਰੁਪਇਆ ਦਿਹਾੜੀ ਕਰਕੇ ਆਉਂਦਾ ਗਾ, ਇਹਨਾਂ ਨੂੰ ਤਾਂ ਬਾਈ ਫ੍ਰੀ ਦੇ ਮਿਲਦੇ ਆ,